सारे जफरबाद के नजदीक गांव में मजलिस बर्पा होगी, जिसमें मुल्कभर के नामवर नाज़रीन उलमाए इकराम खिताब फरमाएंगे। 1 अप्रैल मौलिया पखियाला में मजलिस बर्पा होगी, जिसमें मुल्कभर के नामवर नाज़रीन उलमाए इकराम खिताब फरमाएंगे। नहायत मोहतरम शख्सियत इज्जत इमाम शेख शाह ज़िक्र हुसैन जनाब लियाकत हुसैन समनवाना साहब برائے قسموں دی محمد والے محمد بلند کر فرما اللہ صلی اللہ
پہلے نہ پڑھو, پہلے سن لو میں آدھا کی دعا, آدھا کی دعا کن دعا, میں پوری زبان نہیں ہوتی نا چاہیے زبان یا میں پڑھنا درود میں بھیجنا سچ دے تو پتہ لگتا ہے
تے اللہ دا پتہ لگدا تبت کائنات دے سوائے حسین دے اللہ نو ہور کہیں دے سجدے دی لوڑ ہی نہیں. What's going on?
ਇੱਕ ਸ਼ੀਆ ਕੌਮ ਹੈ ਜਿਹੜੀ ਵੱਖਰਾ ਰੱਖੀ ਹੋਇਆ, ਨਾ ਉਹਨੂੰ ਅੱਲਾ ਦੀ ਮੰਨਦੀ ਹੈ ਨਾ ਉਹਨਾਂ ਨੂੰ ਆਪਣੇ ਵਰਗਾ ਮੰਨਦੀ। ਮੋਮੈਂਟ
نیک گمان کری دے بار بار سننے کا پا کے قرآن پڑھنا سوکھا ہے اپنے گھر بہ کے نام علی ختم قرآن کا ثواب ہے گھر تو لائے کے چلی آدھے تھی ہر من کر دے بوئے تے نام علی کا نارا مار کے آیا بلکہ رکھے
ਐਲੀ ਨਾਮ ਰੱਖਿਆ ਨਹੀਂ ਦਿੱਤਾ। ਅੱਜ ਦੌਰ ਨਹੀਂ ਬਸਾ ਦਿੰਦਾ ਜੇ ਸ਼ੀਏ ਕਮਲੇ ਹੋ ਗਏ ਭਾਵੇਂ ਸਿਆਣੇ ਕਿੱਥੋਂ ਲੈ। ਮੈਂ ਜਦੋਂ ਵੀ ਬਿਸਾ ਦਿੰਦਾ ਮੇਰਾ ਮੁੰਡਾ ਪੈਦਾ ਹੋਇਆ ਮੈਂ ਮੁੱਢ ਦਹੇ ਵੀਰਾਨ ਨੂੰ ਨਾਂ ਰਖਵਾਇਆ। ਗਰੀਬ ਦਾ ਜੰਮਿਆ ਉਹਨੇ ਦਾਦੇ ਨੂੰ ਆਖਿਆ ਪੋਤਰੇ ਦਾ ਨਾਂ ਰੱਖ। ਮੇਰਾ ਪੁੱਤਰ ਲੋਕਾਂ ਨੂੰ ਦੱਸੇਗਾ ਮੇਰਾ ਮੁੱਢ ਦਹੇ ਰੱਖਿਆ ਵੀਰਾਨ ਵਾਲੇ ਨਾਮ। ਪੋਤਰਾ ਆਖੇਗਾ ਮੇਰਾ ਨਾਂ ਰੱਖਿਆ ਦਾਦੇ। ਜੇ ਦਾਦੇ ਦਾ ਨਾਂ ਹੋਵੇ ਅੱਲਾ ਰੱਖਦਾ ਅੱਲਾ ਰੱਖੇ ਹੀ ਰੱਖਿਆ ਇਹਦਾ ਨਾਂ। ਨਾਮ ਰੱਖੇ ਹੀ ਅੱਲਾ ਬਦਸ਼ਾਨ ਦਾ ਫਰਕ ਘਰ ਬਹਿ ਕੇ ਸੋਚੀ ਇਹਨਾਂ ਇਸਮਤ ਵਿੱਚ ਇਸਮ ਅਲੀ ਹੈ ਅਲੀ ਬੁਲੰਦੀ ਨੂੰ ਜਿਹੜੀ ਸਮਝ ਚ ਆਵੇ ਤਾਂ ਬੁਲੰਦੀ ਨਹੀਂ ਰਹਿੰਦੀ। ਮੋਚੀ ਪਰੇਸ਼ਾਨੀ ਦੀ ਮੂੰਹ ਬੋਲ ਗਿਆ
اپنے میار دیو نکے نکے کام لائے دوڑ پہ دن
واجب دی طاعت امام نو اوکھ کرے دے یاد یاد من کے کھڑو دیا کو مولا رضا دے غلام دے سر دواز نہیں علاقہ چھوڑ راتی گھر رہنا ہے صبح اٹھو آ جانا ہے یہ دریا دا رخ نہیں مڑیا تے آ جانا ہے دریا ویکھ کے آنا ہے جی نہیں مڑیا تو بس میں تھوڑے رلے منت کرے سا گئے پیغام دیتا دن چڑھیا ویکھن گئے مخلوق کے تو ڈھیر آ گئی مارو پکے خیر ہے کنے کتھے ہو گئے اے پوری سرواد تاکہ آسانی نہ رہا اللہ دے ولی دے ہتھ نظام ہے
ਜਿਹੜਾ ਤੂੰ ਕੱਲ ਕੀਤਾ ਆਇਆ ਕੀ ਹੈ ਉਸ ਜਲਾਬ ਵਿੱਚ ਸਾਰੀ ਸਿਹਤ ਤਵਜੋ ਕੇ ਪਿਆ ਤੈਨੂੰ ਮਹਾਰ ਅਲੀ ਅਕਬਰ ਦੀ ਸ਼ਹਾਦਤ ਤੇ
ਅਲੀਆਂ ਦੀਆਂ ਮਾਤਮ ਨਹੀਂ ਕੀਤਾ ਪੱਥਰਾਂ ਦਾ। ਅਗਰ ਤੂੰ ਇਤਰਾਜ਼ ਕਰਨਾ ਹੈ ਕਦੀ ਆਪਣੇ ਪੁੱਤਰ ਨੂੰ ਆ ਛੁਰੀ ਦਾ ਮਾਤਮ ਕਰੇਗਾ। ਖੂਨ ਜਿਸਮ ਚ ਹੋਵੇ ਨਾ ਤੂੰ ਉਹਨੂੰ ਸ਼ਕਲ ਤੋਂ ਨਹੀਂ ਸੁਜਾਣਨਾ, ਲਿਬਾਸ ਤੂੰ ਸੁਣੇ ਸੀ ਜਾਂ ਬੋਲਣਾ ਤੂੰ ਸੁਣੇ ਸੀ। ਜਾਣਦੀਆਂ ਹੋਇਆਂ ਚੱਲੀ ਅਕਬਰ ਤੋਂ ਸਾਹਿਬ ਮੁਬਾਰਕ ਸਭ ਬਾਜ਼ਾਰਾਂ ਚ ਬਣਿਆ ਇਤਨਾ ਪੱਥਰ ਦਾ ਮਾਤਮ ਕੀਤਾ ਹੈ ਚਿਹਰਾ ਖੂਨ ਨਾਲ ਤਰ ਹੋ ਗਿਆ। ਅੰਧੇਰੀਆਂ ਜੋ ਖੁੱਲੀਆਂ ਨਾ ਉਹ ਖੂਨ ਦੇ ਉੱਤੇ ਮਿੱਟੀਆਂ ਇਤਨੀਆਂ ਆਈਆਂ ਕਿਤਨੇ ਤਾਈਂ ਬੋਲਣ ਨਹਾ ਸੁਣਨੇ ਦੀਆਂ ਨਾਇਨ ਕਦੀ ਕਦੀ ਗਹਿਰਾਈ ਨਾਲ ਹੀ ਸੋਚ ਲਿਆ ਕਰ। ਹੁਣ ਰੋਂਦੇ ਬੰਦੇ ਨਵੇਂ ਦੱਬੇ ਅੱਗੇ ਜੇ ਰੋਂਦੇ ਰੋਂਦਾ ਪੂਛ ਕੇ ਵੇਚਦੇ ਨੇ ਮੈਨੂੰ ਸਾਫ਼ ਕਰਕੇ ਤੂੰ ਸਾਫ਼ ਕਰਕੇ ਕਿਉਂ ਵੇਹਨਾ ਹੈ ਅੱਖ ਚ ਪਾਣੀ ਹੋਵੇ ਨਾ ਸ਼ਕਲ ਨਜ਼ਰ ਨਹੀਂ ਪੂਰੀ ਜਾਂਦੀ। ਅੱਲਾਹ ਸਜਾਦ ਨੂੰ ਗੈਰਤ ਬਣਾ ਕੇ ਹੱਥਾਂ ਚ ਰਾਤੀ ਤਾਈ ਜਾਰੀ ਕੀਤੀ ਹੈ ਮੈਨੂੰ ਪਤਾ ਨਾ ਲੱਗੇ ਕਿਹੜੀ ਤੇ ਚਾਦਰ ਹੈ ਮੇਰੀ ਕਮਜ਼ੋਰੀ ਦਾ ਨਜਾਇਜ਼ ਫਾਇਦਾ ਨਾ ਉਠਾ ਗਰੀਬ ਅੱਲਾ ਮੁਸੀਬਤ
انشاءاللہ میں زندگی بتوں نے دی خوشاں میں یہ منگی ہے جو بخت منگے نبی بھی دے میں زندگی ہوا دے میں جو تیرے گرا دے سے کر رہا ہوں ہر کہیں وہ وطن تو کوئی نہ کوئی کام ہوتا ہے تھکو یا دے وطن دے ہوں پوجی دے یا دے نہ وطن دے ہوں چوتھے امام پوچھا ماں شام جو قبر بنانے گئی کوئی ضرورت بی بی دی قبر کہاں بنائی ہے جن جن میں یاد رہا ماں ان میری شام یاد رہا مطلب چھل جا واقعہ پر بھی نہیں جا رہے ہیں کہ تو یہ بھولی بہن ہے یہ سمجھے گا یہ تو بدل رہا ہے مجلس کیا میں توبہ کروں نے بدلا کیا میں توبہ کرنا لوگ تے ڈرے دے بدل ڈرا میں بدے میرے بندے ڈرے دے نہ مار کے تے منو واٹ کی جے سرکار بلا جواب یہ نہ ساری تلاشی نے تینو ہر بے کی تو کفن دے بس میرا اسا کفن میں کہا کہ زمانے میں بسے نے اسا کربلا حسین دے روزے تو کفن آ نصیب یا وید نہیں
ਵਿਕਿਆ ਸੋਹਣਾ ਹੈ ਜੋ ਹੁਸੈਨ ਦੇ ਨਾਂ ਤੇ ਵਿਕਿਆ। ਮਾਲਕ ਨੂੰ ਰੁੱਖ ਨਹੀਂ ਕਿਉਂ ਲੱਗਾ? ਹੁਸੈਨ ਉਹ ਮਾਲ ਪਸੰਦ ਨਹੀਂ ਕਰਦੇ ਜਿਸ ਵਿੱਚ ਦੁੱਖ ਆ ਰਹੇ। ਗੋੜ ਸਮਾਜ ਤੁਰ ਗਏ, ਪੈਸੇ ਲੈ ਕੇ ਬਾਜ਼ਾਰ ਸੌਦੇ ਲਈ ਘਰ ਆ ਗਿਆ। ਸ਼ਾਮ ਕਿਉਂ ਨੀ ਮੂਮੈਂਟ ਇਕੱਠੇ ਹੋ ਗਏ, ਨਿਆਦਾ ਪੱਕਣ ਲੱਗ ਪਈਆਂ, ਮਾਤਮ ਹੁੰਦੇ ਰਹੇ, ਨੋਇਸ ਦਿੰਦੇ ਰਹੇ, ਨਿਆਦਾ ਖਾ ਕੇ ਹਰ ਕੋਈ ਤੁਰ ਗਿਆ। ਮਰਦ ਵਿਹੜੇ ਚਾਵੇ ਤੇ ਬੀਵੀ ਰੋਂਦੀ ਵਿੱਚ, ਅਗਰ ਇਹਦਾ ਪਿਆਰ ਨਹੀਂ ਤਾਂ ਨਾ ਹੀ ਵੇਚਣਾ। ਅਸੀਂ ਬੋਲੀ ਨਾ ਦੇ, ਮੈਂ ਪੁੱਤਰ ਨੂੰ ਨਹੀਂ ਲਾਉਂਦੀ, ਕਿਹਨ ਲਾਉਂਦੀ? ਅਸੀਂ ਹੁਸੈਨ ਦੀ ਕਿਸਮਤ ਨੂੰ ਕਿਹਨਾਂ ਕਿਸਮਤ ਦੀ ਅੱਗੇ ਚੌਥੇ ਮਾਤਮੀਆਂ ਰਤੋ ਕਹੇ ਖੁੱਟ ਗਿਆ, ਪਤਾ ਕਿਹਨੂੰ ਵੇਚ ਆਇਆ? ਉਹ ਰੋਣ ਦੇ ਸੀ, ਮਾਤਮ ਕਰਨ ਦੇ ਸੀ, ਜੇ ਕੋਈ ਨਾ ਇਹ ਗੱਲ ਮਰਦ ਦਿਲ ਤੇ ਵੀ ਲੱਗੀ, ਰੋਂਦਾ ਅੰਦਰ ਤੱਕ ਚੱਲਿਆ, ਮੂਹਰ ਦੱਸਦਾ ਔਰਤ ਮੁੰਡਾ ਲਾ ਦੇ ਕੇ ਪੁੱਤਰ ਹੈ ਮਾਤਮਾ ਦੀ ਪਹਿਰਾ ਤਾਜੇ ਹੁਣੇ ਆਵੇ ਸੀ ਬਕਾਇਆ ਦੇ ਪੁੱਤਰ ਤੇ ਦਵਲ ਹੈ। ਸਾਰਿਆਂ ਸੁਣ ਲੈ, ਮਰਦ ਉੱਠੇ ਮਾਤਮ ਕਰਦਾ, ਪੁੱਤਰ ਹੱਥ ਜੁੜਦਾ ਮਾਤਮ ਨਕਾਰ। ਮੈਨੂੰ ਇੱਕੇ ਗੱਲ ਦਾ ਜਵਾਬ ਦੇ, ਅੰਮਾ ਤੂੰ ਵਿਹੜੇ 'ਚ ਬਹਿ ਕੇ ਆਖਿਆ ਹੁਸੈਨ ਤੇਰੀ ਕਿਸਮਤ,
عزت کر تو عید نہ دے سکے کوئی پرابلم نہیں مگر دو چیزاں دھیاں نوں دتی رکھ ایک سرا نیچا بغیر کسی تعارف کی محتاج سرکار علامہ